ਕੀ ਦਿੱਕਤ ਆ ਰਹੀ ਹੈ? ਬੋਲਿਆ ਨਹੀਂ ਜਾਂਦਾ ਜੀ, ਹੁਣ ਤਾਂ ਗੁਰੂ ਨਾਨਕ ਸਾਹਿਬ ਜੋ ਕਰਨਗੇ ਜੀ ਉਹੀ ਕਰਨਗੇ ਬਸ, ਮੈਂ ਤੁਹਾਨੂੰ ਬੋਲਿਆ ਨਹੀਂ ਗਿਆ। ਸਾਡੇ ਜਿੰਨਾ ਚਿਰ ਮੈਂ ਜੇਲ੍ਹ ਤੋਂ ਆਉਣਾ ਨੀ, ਸਾਡੇ ਪਹਿਲਾਂ ਲਾ ਦੋ ਕੁਛ ਦਿਨ, ਤੇ ਆਹ ਨੰਬਰ ਆ ਜੀ ਸਾਡਾ, ਘੋੜੀਆਂ ਜੀ ਬਸ ਪਹਿਲਾਂ ਮਾਰਤੇ, ਹੁਣ ਤਾਂ ਹੈਗੇ ਪਹਿਰਾ ਲਾ ਦੇ। ਇੱਕ ਜੀ ਮੇਰੀ ਕਿਸੇ ਤੋਂ ਸਾਨੂੰ ਬਸ ਇੰਨੀ ਕੁ ਬੇਨਤੀ ਹੈ ਜੀ, ਮੇਰੇ ਅਨਾਥ ਆਸ਼ਰਮ ਚ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਜੀ, ਕੋਈ ਭੁੱਖਾ ਨੀ ਮਰਨਾ ਚਾਹੀਦਾ। ਗੁਰਵਿੰਦਰ ਸਿੰਘ ਬਾਬਾ ਜੀ ਖੇੜੀ ਵਾਲੇ, ਉਹਨਾਂ ਦਾ ਕੱਲ ਅਸੀਂ ਇੱਕ ਐਪਲੀਕੇਸ਼ਨ ਕੱਲ ਹੀ ਅਸੀਂ ਕੋਰਟ ਦੇ ਵਿੱਚ ਲਗਾਈ ਸੀ ਵੀ ਇਮੀਡੀਏਟਲੀ ਉਹਨਾਂ ਨੂੰ ਇੱਕ ਵਾਰੀ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਵੀ ਕੀ ਇਹ ਪੁਲਿਸ ਰਿਮਾਂਡ ਲੈਣ ਦੀ ਸਟੇਜ ਹੈ ਕਿ ਨਹੀਂ ਹੈ। ਸੋ ਬਿਲਕੁਲ ਉਹਦੇ 'ਚ ਕੱਲ ਕੋਰਟ ਨੇ, ਮਾਨਯੋਗ ਨੇ, ਸਾਡੀ ਨੇ ਆਰਡਰ ਕੀਤਾ ਸੀ ਵੀ ਪਹਿਲਾਂ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਤੇ ਸਬਸੀਕੁਐਂਟਲੀ ਫਿਰ ਉਹਨਾਂ ਨੂੰ ਪੁਲਿਸ ਰਿਮਾਂਡ ਫੋਰ ਇੱਕ ਦਿਨ, ਪੁਲਿਸ ਕਸਟਡੀ ਜਾਂ ਪੁਲਿਸ ਰਿਮਾਂਡ ਲਈ ਇੱਕ ਦਿਨ ਲਈ ਰੱਖਿਆ ਜਾਵੇ। ਸੋ ਅੱਜ ਅਸੀਂ 12:30 ਵਜੇ ਸਾਨੂੰ ਪਤਾ ਲੱਗਿਆ ਕਿ ਜੀ ਉਹਨਾਂ ਨੂੰ ਪੇਸ਼ ਲੱਗੇ ਨੇ ਕਰਨ। ਸੋ ਜੋ ਕੱਲ੍ਹ ਦੀ ਇਨਫੋਰਮੇਸ਼ਨ ਸੀ, ਮੈਨੂੰ ਪਹਿਲਾਂ ਦੱਸਣਾ ਮੇਰਾ ਬਣਦਾ, ਉਹ ਮੇਰੇ ਕਲਾਇੰਟ ਨੇ ਜਾਂ ਮੇਰਾ ਅਟੈਂਡੈਂਟ ਜਿਹੜਾ ਨਾਲ ਗਿਆ ਉਹਨਾਂ ਨੇ ਦੱਸਿਆ ਕਿ ਜੀ ਨੋ ਡਾਊਟ ਕੰਪਲਾਇੰਸ ਕੀਤੀ ਇਨਵੈਸਟੀਗੇਸ਼ਨ ਏਜੰਸੀ ਨੇ ਉਸ ਆਰਡਰ ਦੀ, ਸਾਡੀ ਮਾਨਯੋਗ ਦੀ। ਪਰ ਉੱਥੇ ਜਾ ਕੇ ਮੈਂ ਜੋ ਮੇਰੇ ਕਲਾਇੰਟ ਨੇ ਦੱਸਿਆ ਕਿ ਜਿਹੜਾ ਡਾਕਟਰ ਸੀਗਾ ਮੌਕੇ ਤੇ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ, ਉਹਨਾਂ ਨੇ ਉਹਨਾਂ ਨੂੰ ਆਪਾਂ ਫਿਜ਼ੀਕਲੀ ਜਿਹੜਾ ਆਪਾਂ ਗੱਲ ਵਰਤ ਅਸੀਂ ਸ਼ਬਦ ਵਰਤਦੇ ਹਾਂ, ਇੱਕ ਸਾਡਾ ਹੁੰਦਾ ਵੀ ਕਿਤਾਬੀ ਕਹਿ ਲਈਏ ਵੀ ਜੋ ਲਿਖਤ ਪੜ੍ਹ, ਇੱਕ ਹੁੰਦਾ ਫਿਜ਼ੀਕਲੀ। ਸੋ ਫਿਜ਼ੀਕਲੀ ਸਾਡੇ ਕਲਾਇੰਟ ਨੇ ਦੱਸਿਆ ਵੀ ਉਸ ਤਰੀਕੇ ਦੇ ਨਾਲ ਮੈਨੂੰ ਐਗਜ਼ਾਮਿਨ ਨਹੀਂ ਕੀਤਾ, ਈਵਨ ਮੇਰਾ ਬਲੱਡ ਪ੍ਰੈਸ਼ਰ ਵਗੈਰਾ ਵੀ ਉਹਨਾਂ ਨੇ ਐਗਜ਼ਾਮਿਨ ਨਹੀਂ ਕੀਤਾ, ਨਾ ਮੇਰਾ ਫੀਵਰ ਚੈੱਕ ਕੀਤਾ ਅਤੇ ਨਾ ਹੀ ਇਹ ਅਸੈਸਮੈਂਟ ਕੀਤੀ, ਐਕਚੁਅਲ ਅਸੈਸਮੈਂਟ ਇਹ ਕਿ ਜੀ ਮੇਰਾ ਡੈਂਚਰ ਜਿਹੜਾ ਮੇਨ ਜੁਬੜਾ ਹੈ ਉਹਦੇ ਵਿੱਚ ਪੇਨ ਹੈ ਜਾਂ ਉਹਦੇ 'ਚ ਕੀ ਉਹਦਾ ਜਿਹੜਾ ਮੈਡੀਕਲ ਸਰਜਰੀ ਰਿਕੁਆਇਰਮੈਂਟ ਹੈ ਕਿ ਨਹੀਂ ਹੈ। ਕਿਹਨਾਂ ਪੇਸ਼ ਕੀਤਾ ਗਿਆ ਸੀ? ਅੱਜ ਪ੍ਰਭਦੀਪ ਸਿੰਘ ਅਤੇ ਗੁਰਵਿੰਦਰ ਸਿੰਘ। ਅਤੇ ਮੈਡੀਕਲ ਕਰਾਉਣ ਵਾਸਤੇ ਵੀ ਕਿਹਾ ਗਿਆ ਇਹਨਾਂ ਦਾ? ਮੈਡੀਕਲ ਆਲਰੇਡੀ ਪਹਿਲਾਂ ਸਿਵਲ ਹਸਪਤਾਲ ਤੋਂ ਕਰਾਇਆ ਗਿਆ ਜੀ, ਬਾਕੀ ਜਿਹੜਾ ਜੇਲ੍ਹ ਵਿਭਾਗ ਵਾਲੇ ਆ ਉਹ ਇਹਦਾ ਚੈੱਕਅਪ ਕਰਨਗੇ, ਉੱਥੇ ਜੋ ਵੀ ਮੈਡੀਕਲ ਉਹ ਕਰਦੇ, ਟੈਸਟ ਵੀ ਹੋਏ ਕਰਦੇ, ਕਰਾਇਆ ਗਿਆ ਜੀ। ਅਤੇ ਕਦ ਤੱਕ ਆਉਣ ਦੀ ਉਮੀਦ ਹੈ ਰਿਪੋਰਟ? ਸਵੇਰੇ ਸਾਹਿਬ। ਕਿਹੜੇ ਕਿਹੜੇ ਟੈਸਟ ਹੋਏ ਜੀ ਅੱਜ? ਆਮ ਜਿਹੜਾ ਨੋਰਮਲ ਹੁੰਦਾ ਉਹ ਆਪਣਾ ਮੈਡੀਕਲ ਹੋਇਆ ਜੀ, ਇੱਕ ਬਾਬਾ ਜੀ ਟੋਪ ਟੈਸਟ ਹੋਇਆ।